ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ। ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਦੀ ਕੰਟਰੋਵਰਸੀ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਤੇ ਹੁਣ ਸਿੱਪੀ ਗਿੱਲ ਨੇ ਵੀ ਇਸ ਲੜਾਈ ਵਿੱਚ ਹਿੱਸਾ ਲੈ ਲਿਆ ਹੈ। ਸਿੱਪੀ ਗਿੱਲ ਨੇ ਇੱਕ ਲਾਈਵ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਨੂੰ ਠੋਕਵਾਂ ਜਵਾਬ ਦਿੱਤਾ ਹੈ ਅਤੇ ਕਿਹਾ ਹੈ ਕਿ ਮੇਰੇ ਉੱਤੇ ਤੇਰਾ ਕੋਈ ਧੱਕਾ ਨਹੀਂ ਚੱਲਣਾ। ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਨੇ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਇੱਕ ਸੌਂਗ ਵੀ ਗਾਇਆ ਹੈ ਜਿਸ ਦਾ ਨਾਮ ਹੈ ਗੋਡਫਾਦਰ। ਸਿੱਪੀ ਗਿੱਲ ਦੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਿੱਪੀ ਗਿੱਲ ਨੇ ਪਹਿਲਾਂ ਵੀ ਮੂਸੇਵਾਲੇ ਨੂੰ ਰਿਪਲਾਈ ਕੀਤਾ ਸੀ। ਕਬੱਡੀ ਮੇਲੇ ਦੌਰਾਨ ਸਿੱਪੀ ਗਿੱਲ ਨੇ ਕਿਹਾ ਸੀ ਕਿ ਇਹ ਹੈ ਅਸਲੀ ਮਰਦ ਜੋ ਗਰਾਊਂਡ ਵਿੱਚ ਥਾਪੀਆਂ ਮਾਰਦੇ ਹਨ। ਸਟੇਜ ਉੱਤੇ ਚੜ੍ਹ ਕੇ 40-40 ਬੰਦੇ ਨਾਲ ਖੜ੍ਹੇ ਕਰਕੇ ਤਾਂ ਹਰ ਕੋਈ ਥਾਪੀਆਂ ਮਾਰ ਸਕਦਾ ਹੈ ਅਤੇ ਹੁਣ ਸਿੱਪੀ ਗਿੱਲ ਨੇ ਇਸ ਵੀਡੀਓ ਵਿੱਚ ਸਿੱਧੂ ਨੂੰ ਸਾਫ਼ ਸਾਫ਼ ਕਿਹਾ ਹੈ ਕਿ ਮੇਰੇ ਉੱਤੇ ਤੇਰਾ ਕੋਈ ਧੱਕਾ ਨਹੀਂ ਚੱਲਣਾ। ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਗਲੋਬਲ ਤੜਕਾ ਲਾਈਵ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਵੋ ਤਾਂ ਜੋ ਸਾਡੇ ਨਿਊ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕੌਣ ਗਲਤ ਹੈ ਕੌਣ ਸਹੀ ਹੈ, ਤੁਹਾਡਾ ਦੋਨਾਂ ਵਿੱਚੋਂ ਕਿਹੜਾ ਫੇਵਰਟ ਹੈ, ਸਿੱਪੀ ਗਿੱਲ ਜਾਂ ਸਿੱਧੂ ਮੂਸੇਵਾਲਾ। ਕਮੈਂਟ ਕਰਕੇ ਜ਼ਰੂਰ ਦੱਸਣਾ। ਓਕੇ, ਧੰਨਵਾਦ ਜੀ ਸਾਰਿਆਂ ਦਾ। ਪੰਜਾਬ ਦੇ ਪ੍ਰਸ਼ਾਸਨ ਤੇ ਮਾਣ ਆ ਬਾਰ ਬਾਰ ਕਹਿ ਰਿਹਾ, ਪਰ ਤੇਰੇ ਵਰਗੀਆਂ ਲੰਡਰ ਕਤੀੜਾ ਨਾ ਛੱਤੀ ਭੌਂਕਦੀਆਂ ਇੱਥੇ। ਵਾਹਿਗੁਰੂ ਦੀ ਮਿਹਰ ਨਾਲ 13 ਸਾਲ ਹੋ ਗਏ, ਹਜੇ ਤੱਕ ਤਾਂ ਬਾਬੇ ਨੇ ਮਿਹਰ ਰੱਖੀ ਆ, ਅੱਗੇ ਵੀ ਇਹੀ ਯਕੀਨ ਆ। ਬਾਕੀ ਮੈਂ ਆਡੀਅੰਸ ਦੀ ਵੀ ਰਿਸਪੈਕਟ ਕਰਦਾ ਕਿ ਵੀਰੇ ਜਿਹੜਾ ਬੰਦਾ ਸਟੇਜ ਤੋਂ ਖੜ ਕੇ ਜਦੋਂ ਸਾਡੀਆਂ ਭੈਣਾਂ ਮੂਹਰੇ ਬੈਠੀਆਂ ਨੇ ਜਾਂ ਸਾਡੀਆਂ ਮਾਵਾਂ ਬੈਠੀਆਂ ਨੇ, ਅਕਲਨ ਮੇਰਾ ਕੀ ਪੱਟ ਲਿਆ ਜਾਂ ਆਹ ਵਰਡ ਯੂਜ਼ ਕਰਦਾ ਨਾ, ਉਹ ਚੱਪਲੀਆਂ ਦਾ ਹੱਕਦਾਰ ਹੁੰਦਾ ਅਸਲੀਅਤ ਦੇ ਵਿੱਚ। ਸੋ ਮਾੜਾ ਜਿਹਾ ਸੋਚ ਨੂੰ ਹੱਥ ਮਾਰੀਦਾ ਹੁੰਦਾ ਮੇਰਾ ਵੀਰ। ਜੇ ਕਿਤੇ ਮੈਂ ਵੀ ਇਹੋ ਜਿਹੀ ਗੱਲ ਕਰਾਂ ਤਾਂ ਮਤਲਬ ਵੀ ਠੀਕ ਆ, ਮੈਂ ਵੀ ਉਹਦਾ ਹੱਕਦਾਰ ਹੋਊਂਗਾ। ਰਹੀ ਇੰਡਸਟਰੀ ਦੀ ਗੱਲ, ਰਿਸਪੈਕਟ ਕਰਨੀ ਸਿੱਖ, ਤੂੰ ਵੀ ਕੁੱਤੇ ਨਾਲ ਇਹ ਸਾਰੀ ਭਰਾ ਵਸਦੇ ਨੇ, ਸਾਰੇ ਜੱਟ ਨੇ, ਤੂੰ ਕੱਲਾ ਜੱਟ ਨੀ। ਤੂੰ ਕਿਤੇ ਚੌਥੇ ਦਿਨ ਮੈਂ ਧੱਕਤੀ, ਮੈਂ ਯੇ ਕਰਤਾ, ਮੈਂ ਵੋ ਕਰਤਾ, ਉਹ ਤੈਥੋਂ ਡੱਕਾ ਨੀ ਹੋਣਾ, ਉਹ ਕਤੀੜੇ ਡੱਕਾ ਨੀ ਹੋਣਾ, ਆ ਜੱਟ ਨੀ ਤੇਥੋਂ ਧੱਕਿਆ ਜਾਣਾ। ਵਾਹਿਗੁਰੂ ਤੋਂ ਡਰ ਕੇ ਕਹਿੰਦਾ, ਔਰ ਮੈਂ ਆਡੀਅੰਸ ਨੂੰ ਰਿਸਪੈਕਟਫੁਲੀ ਬੇਨਤੀ ਕਰਦਾ ਕਿ ਵੀਰੇ ਜਿਹੜੇ ਟੀਨ ਏਜ ਦੇ ਜਵਾਕ ਨੇ ਕਿ ਭਰਾ ਥੋੜਾ ਦਿਮਾਗ ਤੋਂ ਸੋਚਿਆ ਕਰੋ। ਗਾਣੇ ਸੁਣੋ ਜੀ ਸਦਕੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਜੇ ਚੌਥੇ ਦਿਨ ਬੰਦਾ ਕਰਦਾ ਕਿ ਮੰਦਰ ਵਾੜ ਤੇ ਮੈਂ ਯੇ ਕਰਤਾ, ਉਹ ਤੇਥੋਂ ਡੱਕਾ ਨੀ ਹੋਣਾ, ਡੱਕਾ ਵੀ ਨੀ ਹੋਣਾ, ਕਰ ਆ ਕੇ। ਮੈਂ ਸਾਰੀ ਇੰਡਸਟਰੀ ਦੇ ਵੱਲੋਂ ਤੈਨੂੰ ਕਹਿੰਦਾ, ਮੈਂ ਹਰੇਕ ਸਿੰਗਰ ਨਾਲ ਵਰਤਦਾ, ਨੀਵਾਂ ਹੋ ਕੇ ਮਿਲਦਾ, ਸਾਡੇ ਭਰਾ ਨੇ ਸਾਰੇ, ਇੱਜ਼ਤ ਕਰਨੀ ਸਿੱਖ ਤਾਂ ਤੇਰੀ ਹੋਊਗੀ, ਨਹੀਂ ਤੈਨੂੰ ਧੱਕੇ ਹੀ ਪੈਣੇ ਆ। ਕਾਫਲੇ ਚ ਤੂੰ ਘੁੰਮਦਾ, ਅਸੀਂ ਨੀ ਘੁੰਮਦੇ।